ਭਾਗੀ ਗੱਲ ਹੈ ਕਿ ਜਿਸ ਧਰਤੀ ਦੇ ਉੱਤੇ ਆਪਸੀ ਭਾਈਚਾਰਕ ਸਾਂਝ ਜਿਹੜੀ ਹੈ ਸਭ ਤੋਂ ਵੱਧ ਮਜ਼ਬੂਤ ਹੋਵੇ, ਉਸੇ ਹੀ ਸੂਬੇ ਦੇ ਵਿੱਚ ਸਭ ਤੋਂ ਵੱਧ ਬੇਅਦਬੀਆਂ ਜਿਹੜੀਆਂ ਨੇ ਗੁਰੂ ਗ੍ਰੰਥ ਸਾਹਿਬ ਜੀ ਦੀਆਂ ਹੋਈਆਂ। ਇਹ ਸਰਕਾਰਾਂ ਦੀ ਨਾਕਾਮੀ ਵੀ ਹੈ। ਤੁਹਾਨੂੰ ਲੱਗਦਾ ਕਿ ਜਿਹੜਾ ਰਾਮ ਮੰਦਿਰ ਦੇ ਮੁੱਦੇ ਦੇ ਉੱਤੇ ਇਸ ਵਾਰ ਪੰਜਾਬ ਦੇ ਵਿੱਚ ਜਿਹੜਾ ਹਿੰਦੂ ਵੋਟਰ ਹੈ ਉਹ ਬੀਜੇਪੀ ਨੂੰ ਜਾਂ ਮੌਜੂਦਾ ਜਿਹੜੀ ਸਰਕਾਰ ਹੈ ਉਹਨੂੰ ਵੋਟਾਂ ਪਾਏ? ਬਿਲਕੁਲ ਬਿਲਕੁਲ, ਪਰ ਮੈਂ ਕਿਸੇ ਦੇ ਦਿਲ ਦੀ ਗੱਲ ਨਹੀਂ ਨਾ ਕਹਿ ਸਕਦਾ ਕਿ ਉਹ ਉਸ ਚੀਜ਼ ਨੂੰ ਲੈ ਕੇ ਵੋਟਾਂ ਪਾਉਂਦੇ ਆ ਜਾਂ ਨਹੀਂ ਪਾਉਂਦੇ। ਸਾਲਾਂ ਦੀ ਮੈਂ ਗੱਲ ਕਰਾਂ ਤਾਂ ਤੁਸੀਂ ਜਦੋਂ ਅਕਾਲ ਤਖਤ ਸਾਹਿਬ ਦੇ ਜਥੇਦਾਰ ਸੀ, ਤੁਸੀਂ ਉਦੋਂ ਵੀ ਅਕਸਰ ਆਪਣੇ ਭਾਸ਼ਣਾਂ ਦੇ ਵਿੱਚ ਤਕਰੀਰਾਂ ਦੇ ਵਿੱਚ ਇੱਕ ਤਾਂ ਇਹ ਗੱਲ ਕਹਿੰਦੇ ਰਹੇ ਹੋ ਕਿ ਜੇਕਰ ਸਿੱਖਾਂ ਨੇ ਕੋਈ ਚੀਜ਼ ਹਾਸਲ ਕਰਨੀ ਹੈ ਤਾਂ ਇਕਜੁੱਟ ਹੋਣਾ ਪਊਗਾ। ਦੂਸਰੀ ਗੱਲ, ਸਾਡੀ ਜਿਹੜੀ ਨੁਮਾਇੰਦਗੀ ਕਰਨ ਵਾਲੇ ਬੰਦੇ ਉਹ ਚੁਣਨੇ ਚਾਹੀਦੇ ਨੇ ਜਿਹੜੇ ਤੁਹਾਡੀ ਆਵਾਜ਼ ਜਿਹੜੀ ਆ ਨਿਧੜਕ ਹੋ ਕੇ ਸਰਕਾਰਾਂ ਤੱਕ ਰੱਖ ਸਕਣ। ਤਾਂ ਤੁਹਾਨੂੰ ਲੱਗਦਾ, ਕਿਉਂਕਿ ਹੁਣ ਇਸ ਵੇਲੇ ਚੁਣਾਵੀ ਮਾਹੌਲ ਹੈ, ਵੋਟਾਂ ਬਿਲਕੁਲ ਸਿਰ 'ਤੇ ਨੇ, ਤਾਂ ਕਿਹੜੇ ਐਸੇ ਲੋਕ ਨੇ ਜਿਹੜੇ ਲੱਗਦਾ ਕਿ ਤੁਹਾਡੇ ਪੰਥ ਨੂੰ ਅੱਗੇ ਜਾ ਕੇ ਰਿਪ੍ਰਜੈਂਟ ਕਰ ਸਕਦੇ? ਇੱਕ ਵੀਡੀਓ ਦੇ ਵਿੱਚ ਗ੍ਰੰਥੀ ਸਿੰਘ ਤਾਬਿਆ ਬੈਠਿਆ ਹੋਇਆ, ਕੋਈ ਨਸ਼ੇ ਦਾ ਸੇਵਨ ਕਰ ਰਿਹਾ। ਸਿੰਘ ਸਾਹਿਬ, ਸਭ ਤੋਂ ਪਹਿਲਾਂ ਤਾਂ ਇਹੀ ਸਵਾਲ ਇਸ ਵੇਲੇ, ਕਿਉਂਕਿ ਜੇਕਰ ਅਸੀਂ ਸਿੱਖ ਧਰਮ ਦੀ ਵੀ ਗੱਲ ਕਰੀਏ ਤਾਂ ਪੰਥ ਔਰ ਸਿਆਸਤ ਕਿਤੇ ਨਾ ਕਿਤੇ ਨਾਲ ਜੋੜ ਕੇ ਇਸ ਨੂੰ ਦੇਖਿਆ ਜਾਂਦਾ, ਤਾਂ ਤੁਸੀਂ ਇਸ ਪੂਰੇ ਮਾਹੌਲ ਨੂੰ ਕਿੱਦਾਂ ਦੇਖ ਰਹੇ ਹੋ? ਮੈਂ ਥੋੜ੍ਹਾ ਵਿਸ਼ਾਲ ਪ੍ਰਸੰਗ ਦੇ ਵਿੱਚ ਗੱਲ ਕਰਾਂ। ਪਾਕਿਸਤਾਨ ਜਦੋਂ ਬਣਿਆ ਪੰਜਾਬ ਦੀ ਵੰਡ ਤੋਂ ਬਾਅਦ, ਤਾਂ ਸਿੱਖਾਂ ਦੀ ਰਾਜਸੀ ਜਿਹੜੀ ਦਾਅਵੇਦਾਰੀ ਹੈ ਉਹ ਕਰਨੀ ਬਣਦੀ ਸੀ ਸਿੱਖਾਂ ਨੂੰ, ਔਰ ਸਿੱਖਾਂ ਨੇ ਕੀਤੀ ਵੀ। ਪਰ ਹਮੇਸ਼ਾ ਹੀ ਭਾਰਤ ਦੀ ਕੇਂਦਰ ਸਰਕਾਰ ਵੱਲੋਂ ਸਿੱਖਾਂ ਦੀ ਰਾਜਨੀਤਿਕ ਜਿਹੜੀ ਦਾਅਵੇਦਾਰੀ ਸੀ ਉਹਨੂੰ ਰੱਦ ਕੀਤਾ ਜਾਂਦਾ, ਔਰ ਪੰਜਾਬ ਦੇ ਅੰਦਰ ਜਿਹੜੀਆਂ ਖੱਬੇ ਪੱਖੀ ਧਿਰਾਂ ਸੀ ਜਾਂ ਜਿਹੜੇ ਖੱਬੇ ਪੱਖੀ ਸੋਚ ਵਾਲੇ ਬੰਦੇ ਸੀ ਜਿਹੜੇ ਸਟੇਟ ਦੀਆਂ ਨੌਕਰੀਆਂ ਦੇ ਵਿੱਚ ਜਾਂ ਸੰਸਥਾਵਾਂ ਦੇ ਵਿੱਚ ਫਿੱਟ ਹੋ ਚੁੱਕੇ ਸੀ, ਉਹਨਾਂ ਨੇ ਵੀ ਸਿੱਖਾਂ ਦੀ ਰਾਜਸੀ ਦਾਅਵੇ ਨੂੰ ਦਾਅਵੇਦਾਰੀ ਜਿਹੜੀ ਆ ਉਹਨੂੰ ਕਮਜ਼ੋਰ ਕਰਨ ਦੇ ਵਿੱਚ ਆਪਣੀ ਵੱਡੀ ਭੂਮਿਕਾ ਨਿਭਾਈ ਹੈ, ਜਿਸ ਕਾਰਨ ਸਿੱਖ ਸਿਆਸਤ ਜਿਹੜੀ ਹੈ ਦਿਨ ਬ ਦਿਨ ਜਿਹੜੀ ਹੈ ਉਹ ਖਾਸ ਤੌਰ 'ਤੇ ਪੰਜਾਬ ਦੇ ਵਿੱਚ ਹਾਸ਼ੀਏ 'ਤੇ ਗਈ ਹੈ। ਸਟੇਟ ਦੇ ਮੁੱਦਿਆਂ ਨੂੰ ਲੈ ਕੇ ਸਿੱਖ ਸਿਆਸਤ ਜਾਂ ਸਿੱਖ ਸਿਆਸਤਦਾਨਾਂ ਨੇ ਜਿਹੜੀ ਜਦੋਂ ਆਵਾਜ਼ ਉਠਾਈ ਅਤੇ ਉਹਨੂੰ ਸਟੇਟ ਦੇ ਮੁੱਦਿਆਂ ਨੂੰ ਸਿੱਖਾਂ ਦੇ ਮੁੱਦੇ ਕਹਿ ਕੇ ਜਿਹੜਾ ਹੈ ਸਿੱਖਾਂ ਦੀ ਰਾਜਸੀ ਦਾਅਵੇਦਾਰੀ ਨੂੰ ਜਿਹੜਾ ਹੈ ਉਹ ਰੱਦ ਹੀ ਨਹੀਂ ਕੀਤਾ, ਬਲਕਿ ਸਿੱਖਾਂ ਨੂੰ ਅੱਤਵਾਦੀ ਅਤੇ ਵੱਖਵਾਦੀ ਦੇ ਤੌਰ 'ਤੇ ਵੀ ਜਿਹੜਾ ਬਹੁਤ ਵੱਡੀ ਪੱਧਰ ਦੇ ਉੱਤੇ ਪ੍ਰਚਾਰਿਆ। ਅੱਜ ਜ਼ਰੂਰਤ ਇਸ ਗੱਲ ਦੀ ਹੈ ਕਿ ਜਿਹੜੀ ਸਾਡੀ, ਕਿਉਂਕਿ ਸਾਡਾ ਇਸ ਖਿੱਤੇ ਦੇ ਉੱਤੇ ਰਾਜ ਸੀ, ਅਟਕ ਤੋਂ ਲੈ ਕੇ ਯਮੁਨਾ ਦਰਿਆ ਤੱਕ ਦੇ ਇਲਾਕੇ ਦੇ ਉੱਤੇ ਸਾਡਾ ਜਿਹੜਾ ਸਿੱਖ ਰਾਜਿਆਂ ਦਾ ਜਿਹੜਾ ਰਾਜ ਰਿਹਾ ਸੀ, ਅਤੇ ਅੰਗਰੇਜ਼ਾਂ ਨੇ ਜਿਹੜਾ ਸਿੱਖ ਰਾਜਿਆਂ ਤੋਂ ਰਾਜ ਜਿਹੜਾ ਉਹ ਲਿਆ ਸੀ, ਧੋਖੇ ਨਾਲ ਲਿਆ ਸੀ, ਛਲ ਦੇ ਨਾਲ ਲਿਆ ਸੀ, ਕਪਟ ਦੇ ਨਾਲ ਲਿਆ ਸੀ। ਉਸ ਹਿਸਾਬ ਦੇ ਨਾਲ ਪੰਜਾਬ ਦੇ ਖਿੱਤੇ ਦੇ ਵਿੱਚ ਸਿੱਖਾਂ ਦੇ ਰਾਜਸੀ ਹੱਕ ਹਕੂਕ ਸੁਰੱਖਿਅਤ ਰਹਿਣ, ਸਿੱਖਾਂ ਦੇ ਧਾਰਮਿਕ ਹੱਕ ਹਕੂਕ ਸੁਰੱਖਿਅਤ ਰਹਿਣ, ਉਹਦੇ ਲਈ ਸਿੱਖਾਂ ਦੀ ਰਾਜਨੀਤਿਕ ਦਾਅਵੇਦਾਰੀ ਜਿਹੜੀ ਹੈ ਇਹਨੂੰ ਜਿਹੜਾ ਮਜ਼ਬੂਤ ਹੋਣਾ ਚਾਹੀਦਾ ਸੀ, ਔਰ ਸਿੱਖ ਸਿਆਸਤਦਾਨਾਂ ਨੂੰ ਸਿੱਖਾਂ ਦੀ ਰਾਜਸੀ ਦਾਅਵੇਦਾਰੀ ਨੂੰ ਮਜ਼ਬੂਤ ਕਰਨ ਦੇ ਵਿੱਚ ਆਪਣਾ ਬਣਦਾ ਯੋਗਦਾਨ ਜਿਹੜਾ ਉਹ ਪਾਉਣਾ ਚਾਹੀਦਾ ਸੀ, ਜੋ ਪਾਇਆ ਨਹੀਂ ਗਿਆ। ਅਤੇ ਮੈਂ ਇਹ ਬਿਲਕੁਲ ਕਹਿਣਾ ਚਾਹਾਂਗਾ ਕਿ ਜਿਹੜੀ ਸਾਡੀ ਰਾਜਸੀ ਦਾਅਵੇਦਾਰੀ ਹੈ ਉਹਨੂੰ ਬੁਲੰਦ ਜਿਹੜਾ ਕਰਨਾ ਅੱਜ ਵਕਤ ਦੀ ਜਿਹੜੀ ਹੈ ਉਹ ਲੋੜ ਹੈ। ਦੂਸਰੀ ਗੱਲ, ਤੁਸੀਂ ਕਿਹਾ ਕਿ ਪੰਜਾਬ ਦਾ ਇੱਕ ਬਹੁਤ ਮਾਣ ਮੱਤਾ ਇਤਿਹਾਸ ਰਿਹਾ, ਜੇਕਰ ਅਸੀਂ ਗੁਰੂ ਕਾਲ ਤੋਂ ਗੱਲ ਕਰੀਏ ਤਾਂ ਗੁਰੂਆਂ ਨੇ ਵੀ ਇਹੀ ਪ੍ਰੇਰਣਾ ਦਿੱਤੀ ਕਿ ਸਾਂਝੀਵਾਲਤਾ, ਭਾਈਚਾਰਕ ਸਾਂਝ। ਪਰ ਜੇਕਰ ਪੰਜਾਬ ਦੀ ਗੱਲ ਕਰੀਏ ਤਾਂ ਸਿਆਸਤਦਾਨ ਬਹੁਤ ਸਾਰੀਆਂ ਧਿਰਾਂ ਦੇ ਆਏ,
ਪਰ ਕਿਤੇ ਨਾ ਕਿਤੇ ਤੁਹਾਨੂੰ ਨਹੀਂ ਲੱਗਦਾ ਕਿ ਜਿਹੜੀ ਫਿਰਕਾ ਪ੍ਰਸਤੀ ਦੀ ਰਾਜਨੀਤੀ ਹੈ ਉਹ ਕਿਤੇ ਨਾ ਕਿਤੇ ਹਾਵੀ ਹੁੰਦੀ ਜਾ ਰਹੀ? ਨਹੀਂ, ਫਿਰਕਾ ਪ੍ਰਸਤੀ ਦੀ ਰਾਜਨੀਤੀ ਨਹੀਂ ਹੁੰਦੀ ਹੈ ਜਦੋਂ ਕੋਈ ਵੀ ਸਿਆਸਤਦਾਨ ਜਿਹੜਾ ਹੈ ਉਹ, ਕਿਉਂਕਿ ਸਾਡੇ ਤਾਂ ਸਿੱਖ ਪੰਥ ਦੇ ਵਿੱਚ ਧਰਮ ਅਤੇ ਰਾਜਨੀਤਿਕ ਦਾ ਬਹੁਤ ਅੱਛਾ ਸੁਮੇਲ ਹੈ, ਔਰ ਇਸ ਸੁਮੇਲ ਨੂੰ ਜਿਹੜੀ ਅਖੌਤੀ ਧਰਮ ਨਿਰਪੱਖਤਾ ਹੈ ਜਿਹੜੀ, ਇਸ ਨੇ ਜਿਹੜਾ ਹੈ ਉਹ ਰੱਦ ਕੀਤਾ ਹੈਗਾ। ਅਤੇ ਦੇਸ਼ ਦੀ ਜਿਹੜੀ ਅਖੌਤੀ ਧਰਮ ਨਿਰਪੱਖਤਾ ਹੈਗੀ ਹੈ ਜਿਹੜੀ, ਉਸ ਨੇ ਧਰਮ ਅਤੇ ਰਾਜਨੀਤੀ ਦੇ ਸੁਮੇਲ ਨੂੰ ਜਿਹੜਾ ਹੈ ਉਹ ਫਿਰਕਾ ਪ੍ਰਸਤ ਕਹਿ ਕੇ ਜਿਹੜਾ ਭੰਡਿਆ। ਆਪਣੇ ਸਿਧਾਂਤਾਂ ਦੇ ਉੱਤੇ ਕੱਟੜਤਾ ਦੇ ਨਾਲ ਪਹਿਰਾ ਦੇਣਾ ਇਹ ਕੋਈ ਫਿਰਕਾ ਪ੍ਰਸਤੀ ਨਹੀਂ ਹੁੰਦੀ। ਸਿੱਖਾਂ ਨੇ ਹਮੇਸ਼ਾ ਹੀ ਗੁਰੂ ਦੀ ਗੱਲ ਕੀਤੀ ਹੈ, ਗੁਰੂ ਪੰਥ ਦੀ ਗੱਲ ਕੀਤੀ ਹੈ, ਔਰ ਮਾਨਵਤਾ ਦੀ ਗੱਲ ਵੀ ਕੀਤੀ ਹੈ, ਕਿਉਂਕਿ ਸਿੱਖ ਫਲਸਫੇ ਮਾਨਵਤਾ ਦੀ ਗੱਲ ਕਰਦਾ। ਸਿੱਖਾਂ ਨੇ ਕਦੇ ਵੀ, ਤੁਸੀਂ ਦੇਖੋ ਪੰਜਾਬ ਦੇ ਵਿੱਚ ਇੰਨਾ ਮਾਹੌਲ ਜਿਹੜਾ ਹੈ ਖਰਾਬ ਰਿਹਾ ਪਿਛਲੇ ਸਮਿਆਂ ਦੇ ਦੌਰਾਨ, ਪਰ 47 ਤੋਂ ਬਾਅਦ ਕਦੇ ਵੀ ਪੰਜਾਬ ਦੇ ਵਿੱਚ ਇੱਥੇ ਦੰਗੇ ਫਸਾਦ ਦੋ ਧਰਮਾਂ ਦੇ ਵਿਚਕਾਰ ਕਦੇ ਵੀ ਨਹੀਂ ਹੋਏ। ਇਸ ਤੋਂ ਵੱਧ ਖੂਬਸੂਰਤ ਉਦਾਹਰਨ ਜਿਹੜੀ ਹੈ ਕੀ ਹੋ ਸਕਦੀ ਹੈ ਕਿ ਇੱਥੇ ਅਮਨ ਦੀ ਗੱਲ ਹੁੰਦੀ ਹੈ, ਇੱਥੇ ਭਾਈਚਾਰੇ ਦੀ ਗੱਲ ਹੁੰਦੀ ਹੈ, ਇੱਥੇ ਸਰਬ ਸਾਂਝੀਵਾਲਤਾ ਦੀ ਗੱਲ ਹੁੰਦੀ ਹੈ। ਹਾਂ ਠੀਕ ਹੈ, ਕੇਂਦਰ ਸਰਕਾਰ ਦੇ ਸਿਆਸਤਦਾਨਾਂ ਨੇ ਇਸ ਖਿੱਤੇ ਦੇ ਵਿੱਚ ਅੱਗ ਨੂੰ ਲਾਉਣ ਦਾ ਬਹੁਤ ਵੱਡਾ ਯਤਨ ਜਿਹੜਾ ਕੀਤਾ, ਹਮੇਸ਼ਾ ਕੀਤਾ, ਕਰਦੇ ਵੀ ਰਹਿੰਦੇ ਨੇ, ਪਰ ਇਹਦੇ ਬਾਵਜੂਦ ਵੀ ਇੱਥੇ ਇਸ ਤਰ੍ਹਾਂ ਦੀ ਕੋਈ ਗੱਲ ਨਹੀਂ ਹੋਈ। ਬੜੀ ਬੰਦਭਾਗੀ ਗੱਲ ਹੈ ਕਿ ਜਿਸ ਧਰਤੀ ਦੇ ਉੱਤੇ ਆਪਸੀ ਭਾਈਚਾਰਕ ਸਾਂਝ ਜਿਹੜੀ ਹੈ ਸਭ ਤੋਂ ਵੱਧ ਮਜ਼ਬੂਤ ਹੋਵੇ, ਉਸੇ ਹੀ ਸੂਬੇ ਦੇ ਵਿੱਚ ਸਭ ਤੋਂ ਵੱਧ ਬੇਅਦਬੀਆਂ ਜਿਹੜੀਆਂ ਨੇ ਗੁਰੂ ਗ੍ਰੰਥ ਸਾਹਿਬ ਜੀ ਦੀਆਂ ਹੋਈਆਂ। ਇਹ ਸਰਕਾਰਾਂ ਦੀ ਨਾਕਾਮੀ ਵੀ ਹੈ, ਕਿਤੇ ਨਾ ਕਿਤੇ ਇਹਦੇ ਪਿੱਛੇ ਬਹੁਤ ਵੱਡੀਆਂ ਤਾਕਤਾਂ ਜਿਹੜੀਆਂ ਨੇ ਉਹਨਾਂ ਦੀਆਂ ਸਾਜ਼ਿਸ਼ਾਂ ਵੀ ਜਿਹੜੀਆਂ ਕੰਮ ਕਰਦੀਆਂ ਨਜ਼ਰ ਆਉਂਦੀਆਂ, ਕਿ ਕਿਵੇਂ ਹਮੇਸ਼ਾ ਯਤਨ ਹੁੰਦੇ ਰਹੇ ਹੈ ਕਿ ਇਸ ਖਿੱਤੇ ਦੇ ਵਿੱਚ ਵਸਣ ਵਾਲੇ ਲੋਕਾਂ ਨੂੰ, ਖਾਸ ਤੌਰ 'ਤੇ ਜਿਹੜੇ ਸਿੱਖ ਹੈ, ਉਹਨਾਂ ਦੇ ਧਾਰਮਿਕ ਹੱਕ ਹਕੂਕ ਕੁਚਲੇ ਜਾਣ, ਅਤੇ ਉਹਨਾਂ ਨੂੰ ਗੁਰੂ ਗ੍ਰੰਥ ਸਾਹਿਬ ਨਾਲੋਂ ਤੋੜਨ ਦੇ ਲਈ ਜਿਹੜਾ ਇਸ ਕਿਸਮ ਦੀਆਂ ਘਟਨਾਵਾਂ ਨੂੰ ਅੰਜਾਮ ਦਿੱਤਾ ਜਾਵੇ। ਕਿਤੇ ਨਾ ਕਿਤੇ ਇਹ ਸਾਜ਼ਿਸ਼ਾਂ ਜਿਹੜੀਆਂ ਇਹ ਮੁਗਲ ਦੌਰ ਦੇ ਵਿੱਚ ਵੀ ਹੁੰਦੀਆਂ ਸੀ, ਬ੍ਰਿਟਿਸ਼ ਦੌਰ ਦੇ ਵਿੱਚ ਵੀ ਹੋਈਆਂ, ਅਤੇ ਅੱਜ ਵੀ ਹੋ ਰਹੀਆਂ ਹੈ। ਜਿਹੜੀ ਤੁਸੀਂ ਗੱਲ ਕਹੀ ਕਿ ਸਿੱਖ ਪੰਥ ਦੇ ਵਿੱਚ ਪੰਥ ਔਰ ਸਿਆਸਤ ਜਿਹੜਾ ਉਹ ਨਾਲ ਨਾਲ ਚੱਲਦੇ ਨੇ, ਪਰ ਜੇਕਰ ਮੈਂ ਗੱਲ ਕਰਾਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਜਾਂ ਸ਼੍ਰੋਮਣੀ ਅਕਾਲੀ ਦਲ ਦੀ, ਤਾਂ ਦੋਵਾਂ ਇੱਕ, ਅਸੀਂ ਕਹਿ ਸਕਦੇ ਇੱਕ ਦੂਸਰੇ ਦਾ ਅਨਿੱਖੜ ਵਾਂਗ ਨੇ। ਬਹੁਤ ਸਮਾਂ ਉਹਨਾਂ ਨੂੰ ਵੀ ਰਾਜ ਭਾਗ ਦਾ ਮੌਕਾ ਮਿਲਿਆ, ਉਸੇ ਦੌਰਾਨ ਬਹੁਤ ਵੱਡੇ ਵੱਡੇ ਫੈਸਲੇ ਤਖ਼ਤ ਸਾਹਿਬਾਨਾਂ ਤੋਂ ਵੀ ਲੈਣੇ ਪਏ। ਤੁਹਾਨੂੰ ਨਹੀਂ ਲੱਗਦਾ ਕਿ ਉਹਨਾਂ ਚੀਜ਼ਾਂ ਕਰਕੇ ਕਿਤੇ ਨਾ ਕਿਤੇ ਲੋਕਾਂ ਦੇ ਮਨ ਦੇ ਵਿੱਚ ਨਾਰਾਜ਼ਗੀ ਵੀ ਵਧੀ? ਪਰ ਇਸ ਦੀ ਪਰਿਭਾਸ਼ਾ ਕਿਸ ਤਰੀਕੇ ਦੇ ਨਾਲ ਸਮਝਾਓਗੇ, ਜੇਕਰ ਆਮ ਸਿੱਖ ਸਮਝਣਾ ਚਾਹੇ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਔਰ ਸ਼੍ਰੋਮਣੀ ਅਕਾਲੀ ਦਲ ਦੀ ਆਪਸ ਆਖਿਰਕਾਰ ਜਿਹੜੀ ਭੂਮਿਕਾ ਹੈ ਕੀ ਹੈ? ਮੈਂ ਇਹਦੇ ਲਈ ਇੱਕ ਇਤਿਹਾਸ ਦੀ ਉਦਾਹਰਣ ਦੀ ਗੱਲ ਉਦਾਹਰਣ ਦਿਆਂਗਾ। ਇਤਿਹਾਸ ਦੇ ਵਿੱਚ ਜਦੋਂ ਅਸੀਂ ਦੇਖਦੇ ਹਾਂ, ਖਾਸ ਤੌਰ 'ਤੇ 18ਵੀਂ ਸਦੀ ਦੇ ਵਿੱਚ, ਤਾਂ ਉਦੋਂ ਗੁਰਦੁਆਰਿਆਂ ਦੀ ਜਿਹੜੀ ਇਨਕਮ ਹੁੰਦੀ ਸੀ ਉਸ ਨੂੰ ਫੌਜੀ ਸ਼ਕਤੀ ਨੂੰ ਵਧਾਉਣ ਦੇ ਵਿੱਚ ਇਸਤੇਮਾਲ ਕੀਤਾ ਜਾਂਦਾ ਸੀ, ਔਰ ਸਿੱਖ ਸੱਤਾ ਪ੍ਰਾਪਤ ਕਰਨ ਦੇ ਲਈ ਇਸਤੇਮਾਲ ਕੀਤਾ ਜਾਂਦਾ ਸੀ, ਤਾਂ ਇਹ ਕੋਈ ਮਾੜੀ ਗੱਲ ਨਹੀਂ ਸੀ। ਲੇਕਿਨ ਸੱਤਾ ਪ੍ਰਾਪਤ ਕਰਕੇ ਪੰਥ ਦੀ ਗੱਲ ਕਰਨੀ ਔਰ ਪੰਥਕ ਹਿੱਤਾਂ ਦੀ ਗੱਲ ਕਰਨੀ ਇਹ ਬੜੀ ਜ਼ਰੂਰੀ ਹੁੰਦੀ ਹੈ। ਜੇ ਅਸੀਂ ਜਿਹੜਾ ਧਾਰਮਿਕ ਸੰਸਥਾਵਾਂ 'ਚੋਂ ਸ਼ਕਤੀ ਲੈ ਕੇ ਅਸੀਂ ਮਾਨਵਤਾ ਦੀ ਗੱਲ ਕਰਦੇ ਹਾਂ, ਅਸੀਂ ਪੰਥਕ ਹਿੱਤਾਂ ਦੀ ਗੱਲ ਕਰਦੇ ਹਾਂ, ਅਸੀਂ ਸਿੱਖ ਵਿਚਾਰਧਾਰਾ ਦੀ ਗੱਲ ਕਰਦੇ ਹਾਂ, ਤਾਂ ਕੋਈ ਗਲਤ ਨਹੀਂ। ਪਰ ਜਦੋਂ ਅਸੀਂ ਸਿੱਖ ਹਿੱਤਾਂ ਨੂੰ ਤਲਾਂਜਲੀ ਦੇ ਜਾਂਦੇ ਹਾਂ ਤਾਂ ਫਿਰ ਉੱਥੇ ਜਿਹੜਾ ਗੱਲ ਗਲਤ ਹੋ ਜਾਂਦੀ। ਉਹਦੇ ਲਈ ਕੌਣ ਜ਼ਿੰਮੇਵਾਰ ਰਿਹਾ? ਜਿਸ ਤਰ੍ਹਾਂ ਮੈਂ ਪਹਿਲਾਂ ਵੀ ਗੱਲ ਕਹੀ ਕਿ ਪੰਜਾਬ ਦੇ ਵਿੱਚ ਸਰਦਾਰ ਪ੍ਰਕਾਸ਼ ਸਿੰਘ ਬਾਦਲ ਕਈ ਵਾਰ ਮੁੱਖ ਮੰਤਰੀ ਰਹੇ, ਪਰ ਸਭ ਤੋਂ ਵੱਧ ਨਾਰਾਜ਼ਗੀ ਦਾ ਵੀ ਉਹਨਾਂ ਨੂੰ ਸਾਹਮਣਾ ਕਰਨਾ। ਨਾਰਾਜ਼ਗੀ ਉਸ ਵਕਤ ਸਿੱਖ ਮਨਾਂ ਦੇ ਵਿੱਚ ਹੋਣੀ ਸੁਭਾਵਿਕ ਹੀ ਹੁੰਦੀ ਹੈ, ਕਿਉਂਕਿ ਸਿੱਖ ਜਿਹੜੇ ਆ ਆਪਣੇ ਰਾਜਸੀ ਲੀਡਰ, ਖਾਸ ਤੌਰ 'ਤੇ ਸਿੱਖ ਸਿਆਸਤਦਾਨ ਜਿਹੜੇ ਆ, ਉਹਨਾਂ ਤੋਂ ਹਮੇਸ਼ਾ ਹੀ ਇਹ ਉਮੀਦ ਰੱਖਦੇ ਆ ਕਿ ਇਹ ਸਾਡੇ ਸਿੱਖ ਸਿਆਸਤਦਾਨ ਹੈ, ਇਹ ਸਾਡੀ ਸਟੇਟ ਦੀ ਗੱਲ ਕਰਨਗੇ, ਸਾਡੇ ਪੰਥ ਦੀ ਗੱਲ ਕਰਨਗੇ, ਸਾਡੇ ਹਿੱਤਾਂ ਦੀ ਗੱਲ ਕਰਨਗੇ।
ਬਸ ਕੋਈ ਵੀ ਸੂਬਾ ਹੈ, ਸੂਬੇ ਦੇ ਮੈਂ ਜੇ ਪੰਜਾਬ ਦੀ ਗੱਲ ਨਾ ਵੀ ਕਰੀਏ, ਹਰਿਆਣਾ, ਯੂਪੀ, ਬਿਹਾਰ ਹੈ, ਅਤੇ ਉੱਥੋਂ ਦੇ ਲੋਕ ਵੀ ਆਪਣੇ ਸਿਆਸਤਦਾਨਾਂ ਤੋਂ ਉਮੀਦ ਕਰਦੇ ਹੈ ਕਿ ਸਾਡੇ ਸਿਆਸਤਦਾਨ ਸਾਡੇ ਸਟੇਟ ਦੀ ਜਾਂ ਸਾਡੇ ਹੱਕਾਂ ਦੀ ਗੱਲ ਕਰਨਗੇ, ਅਤੇ ਜਦੋਂ ਨਹੀਂ ਕਰਦੇ ਤਾਂ ਨਿਰਾਸ਼ਾ ਹੋਣੀ ਸੁਭਾਵਿਕ ਹੁੰਦੀ। ਬੜੀ ਵੱਖਰੀ ਚੀਜ਼ ਪੰਜਾਬ ਦੇ ਨਾਲ ਜੇਕਰ ਮੈਂ ਜੋੜ ਕੇ ਪੰਜਾਬ ਦੇ ਸੰਦਰਭ 'ਚ ਗੱਲ ਕਰਾਂ ਤਾਂ ਜਦੋਂ ਪੂਰੇ ਦੇਸ਼ ਦੇ ਵਿੱਚ ਇੱਕ ਪਾਸੇ ਰਾਮ ਮੰਦਿਰ ਦਾ ਜ਼ਿਕਰ ਹੋ ਰਿਹਾ ਸੀ, ਦੂਜੇ ਪਾਸੇ RSS ਦਾ ਕਿਹਾ ਜਾ ਰਿਹਾ ਕਿ ਇੱਕ ਹਿਡਨ ਏਜੰਡਾ ਹੈ, ਵੋਟਾਂ ਲੈਣ ਦੇ ਲਈ ਸਭ ਕੁਝ ਕੀਤਾ ਜਾ ਰਿਹਾ, ਪਰ ਪੰਜਾਬ ਦੇ ਵਿੱਚ ਹਮੇਸ਼ਾ ਮੁੱਦੇ ਵੱਖਰੇ ਰਹੇ ਨੇ। ਹਾਲਾਂਕਿ ਪੰਜਾਬ ਦੇ ਵਿੱਚ ਭਾਈਚਾਰਕ ਸਾਂਝ ਜਿਹੜੀ ਅੱਜ ਵੀ ਉਸੇ ਤਰ੍ਹਾਂ ਕਾਇਮ ਹੈ, ਪਰ ਜਿਹੜੀ ਸਿਆਸਤ ਪੰਜਾਬ ਤੋਂ ਬਾਹਰਲੇ ਸੂਬਿਆਂ 'ਚ ਚੱਲਦੀ ਹੈ ਉਹ ਪੰਜਾਬ ਦੇ ਵਿੱਚ ਬਿਲਕੁਲ ਵੱਖਰੀ ਹੈ। ਤੁਹਾਨੂੰ ਲੱਗਦਾ ਕਿ ਜਿਹੜਾ ਰਾਮ ਮੰਦਿਰ ਦੇ ਮੁੱਦੇ ਦੇ ਉੱਤੇ ਇਸ ਵਾਰ ਪੰਜਾਬ ਦੇ ਵਿੱਚ ਜਿਹੜਾ ਹਿੰਦੂ ਵੋਟਰ ਹੈ ਉਹ BJP ਨੂੰ ਜਾਂ ਮੌਜੂਦਾ ਜਿਹੜੀ ਸਰਕਾਰ ਹੈ ਉਹਨੂੰ ਵੋਟਾਂ ਪਾਏ? ਨਹੀਂ, ਮੈਨੂੰ ਇਹਦੇ ਬਾਰੇ ਕੋਈ ਬਹੁਤੀ ਜਾਣਕਾਰੀ ਨਹੀਂ ਹੈ ਕਿ ਰਾਮ ਮੰਦਿਰ ਦੇ ਮੁੱਦੇ ਨੂੰ ਲੈ ਕੇ ਹਿੰਦੂ ਵੋਟਾਂ ਪਾਏਗਾ ਜਾਂ ਨਹੀਂ ਪਾਏਗਾ, ਮੈਨੂੰ ਇਹਦੀ ਕੋਈ ਬਹੁਤਾ ਨਹੀਂ। ਮੈਂ ਸਵਾਲ ਇਸ ਲਈ ਕੀਤਾ ਕਿਉਂਕਿ ਪੰਜਾਬ ਦੇ ਵਿੱਚ ਅਸੀਂ ਜਦੋਂ ਸਿੱਖੀ ਜਾਂ ਪੰਥ ਦੀ ਗੱਲ ਕਰਦੇ ਹਾਂ ਤਾਂ ਅਸੀਂ ਉਦੋਂ ਕੋਸ਼ਿਸ਼ ਕਰਦੇ ਕਿ ਸਿਆਸਤਦਾਨ ਉਹ ਚੁਣੀਏ ਜਿਹੜੇ ਸਾਡੇ ਸਿੱਖੀ ਜਾਂ ਪੰਥ ਦੀ ਗੱਲ ਅੱਗੇ ਜਾ ਕੇ ਰੱਖ ਸਕਦੇ। ਹਾਂ ਬਿਲਕੁਲ ਬਿਲਕੁਲ, ਪਰ ਮੈਂ ਕਿਸੇ ਦੇ ਦਿਲ ਦੀ ਗੱਲ ਨਹੀਂ ਨਾ ਕਹਿ ਸਕਦਾ ਕਿ ਉਹ ਉਸ ਚੀਜ਼ ਨੂੰ ਲੈ ਕੇ ਵੋਟਾਂ ਪਾਉਂਦੇ ਆ ਜਾਂ ਨਹੀਂ ਪਾਉਂਦੇ, ਕਿਉਂਕਿ ਅੱਜ ਕੱਲ੍ਹ ਜਿਹੜਾ ਮਾਹੌਲ ਹੈ ਪੂਰੇ ਭਾਰਤ ਦੇ ਵਿੱਚ ਜਾਂ ਪੰਜਾਬ ਦੀ ਗੱਲ ਕਰੀਏ ਤਾਂ ਲੋਕ ਆਖਰੀ ਮਿੰਟ ਤੱਕ ਆਪਣਾ ਪਤਾ ਨਹੀਂ ਖੋਲਦੇ ਆ ਕਿ ਅਸੀਂ ਕਿਸ ਨੂੰ ਵੋਟ ਕਰਨਾ ਜਾਂ ਕਿਸ ਨੂੰ ਨਹੀਂ ਕਰਨਾ। ਅੱਜ ਹਰ ਕਿਸੇ ਦਾ ਆਪਣਾ ਗੱਲ, ਅੱਜ ਕੱਲ੍ਹ ਇਸ ਕਿਸਮ ਦੀ ਜਿਹੜੀ ਹੈ ਗੱਲਬਾਤ, ਲੋਕ ਵੀ ਸਿਆਣੇ ਹੋ ਗਏ ਆ, ਪਹਿਲਾਂ ਵਾਂਗ ਲੋਕ ਨਹੀਂ ਹੈ ਕਿ ਦੋ ਦੋ ਮਹੀਨੇ ਪਹਿਲਾਂ ਹੀ ਕਹਿਣਾ ਸ਼ੁਰੂ ਕਰ ਦੇਣਾ ਅਸੀਂ ਇਸ ਪਾਰਟੀ ਦੇ ਹਮਾਇਤੀ ਹਾਂ ਜਿਸ ਨਾਲ। ਅੱਜ ਕੱਲ੍ਹ ਲੋਕ ਵੀ ਸਮਝਦਾਰ ਹੋ ਗਿਆ ਸਿਆਸਤ, ਕੁਝ ਸਾਲਾਂ ਦੀ ਸਿਆਸਤ, ਕੁਝ ਸਾਲਾਂ ਦੀ ਮੈਂ ਗੱਲ ਕਰਾਂ ਤਾਂ ਤੁਸੀਂ ਜਦੋਂ ਅਕਾਲ ਤਖਤ ਸਾਹਿਬ ਦੇ ਜਥੇਦਾਰ ਸੀ ਤੁਸੀਂ ਉਦੋਂ ਵੀ ਅਕਸਰ ਆਪਣੇ ਭਾਸ਼ਣਾਂ ਦੇ ਵਿੱਚ ਤਕਰੀਰਾਂ ਦੇ ਵਿੱਚ ਇੱਕ ਤਾਂ ਇਹ ਗੱਲ ਕਹਿੰਦੇ ਰਹੇ ਹੋ ਕਿ ਜੇਕਰ ਸਿੱਖਾਂ ਨੇ ਕੋਈ ਚੀਜ਼ ਹਾਸਲ ਕਰਨੀ ਹੈ ਤਾਂ ਇਕਜੁੱਟ ਹੋਣਾ ਪਊਗਾ, ਦੂਸਰੀ ਗੱਲ ਸਾਡੀ ਜਿਹੜੀ ਨੁਮਾਇੰਦਗੀ ਕਰਨ ਵਾਲੇ ਬੰਦੇ ਉਹ ਚੁਣਨੇ ਚਾਹੀਦੇ ਨੇ ਜਿਹੜੇ ਤੁਹਾਡੀ ਆਵਾਜ਼ ਜਿਹੜੀ ਆ ਨਿਧੜਕ ਹੋ ਕੇ ਸਰਕਾਰਾਂ ਤੱਕ ਰੱਖ ਸਕਣ। ਤਾਂ ਤੁਹਾਨੂੰ ਲੱਗਦਾ ਕਿਉਂਕਿ ਹੁਣ ਇਸ ਵੇਲੇ ਚੁਣਾਵੀ ਮਾਹੌਲ ਹੈ, ਵੋਟਾਂ ਬਿਲਕੁਲ ਸਿਰ 'ਤੇ ਨੇ, ਤਾਂ ਕਿਹੜੇ ਐਸੇ ਲੋਕ ਨੇ ਜਿਹੜੇ ਲੱਗਦਾ ਕਿ ਤੁਹਾਡੇ ਪੰਥ ਨੂੰ ਅੱਗੇ ਜਾ ਕੇ ਰਿਪ੍ਰਜੈਂਟ ਕਰ ਸਕਦੇ ਨੇ? ਮੈਂ ਤਾਂ ਇਕੱਲਾ ਨਹੀਂ ਦੱਸ ਸਕਦਾ ਕਿ ਫਲਾਣੇ ਲੋਕ ਹੈ ਅਤੇ ਤੁਸੀਂ ਇਹਨਾਂ ਨੂੰ ਵੋਟਾਂ ਪਾਓ, ਇਹਨਾਂ ਨੂੰ ਨਾ ਪਾਓ, ਇਹ ਤਾਂ ਲੋਕਾਂ ਨੇ ਦੇਖਣਾ ਜੀ ਕਿ ਪੰਜਾਬ ਦੇ ਹੱਕਾਂ ਦੀ ਗੱਲ ਕੌਣ ਕਰ ਸਕਦਾ ਹੈ, ਸਿੱਖ ਹਿੱਤਾਂ ਦੀ ਗੱਲ ਕੌਣ ਕਰ ਸਕਦਾ, ਇਹ ਤਾਂ ਲੋਕਾਂ ਨੇ ਦੇਖਣਾ, ਪਬਲਿਕ ਨੇ। ਇਸ ਲਈ ਸਵਾਲ ਕਰ ਰਿਹਾ ਕਿਉਂਕਿ ਇਸ ਵੇਲੇ ਚੋਣਾਂ ਦਾ ਮਾਹੌਲ ਹੈ, ਪਰ ਦੂਸਰੇ ਪਾਸੇ ਜੇ ਮੈਂ ਪੰਥਕ ਮੁੱਦਿਆਂ 'ਤੇ ਆਵਾਂ, ਪਿਛਲੇ ਕੁਝ ਦਿਨਾਂ ਤੋਂ ਬਹੁਤ ਸਾਰੀਆਂ ਵੀਡੀਓ ਤੇਜ਼ੀ ਦੇ ਨਾਲ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਹੀਆਂ ਨੇ। ਇੱਕ ਵੀਡੀਓ ਦੇ ਵਿੱਚ ਗ੍ਰੰਥੀ ਸਿੰਘ ਤਾਬਿਆ ਬੈਠਿਆ ਹੋਇਆ ਕੋਈ ਨਸ਼ੇ ਦਾ ਸੇਵਨ ਕਰ ਰਿਹਾ, ਕਈ ਵਾਰ ਮੋਬਾਈਲ ਵੀਡੀਓ ਦੇਖਦੇ ਹੋਏ ਗ੍ਰੰਥੀ ਸਿੰਘ ਨਜ਼ਰ ਆਉਂਦੇ ਨੇ। ਇੱਕ ਪਾਸੇ ਤਾਂ ਗ੍ਰੰਥੀ ਸਿੰਘਾਂ ਦਾ ਜਿਹੜਾ ਅਸੀਂ ਕਹਿ ਸਕਦੇ ਹਾਂ ਕਿ ਅਹੁਦਾ ਉੱਚਾ ਜਾਂ ਉਹਨਾਂ ਮਿਆਰ ਉੱਚਾ ਚੱਕਣ ਦੀ ਗੱਲ ਕੀਤੀ ਜਾਂਦੀ, ਦੂਜੇ ਪਾਸੇ ਅਜਿਹੀਆਂ ਵੀਡੀਓ ਜਿਹੜੀਆਂ ਨੇ ਪੂਰੇ ਪੰਥ ਨੂੰ ਜਾਂ ਪੂਰੇ ਸਮਾਜ ਨੂੰ ਸ਼ਰਮਸਾਰ ਕਰਦੀਆਂ। ਜਿਹੜਾ ਗੁਰਦੁਆਰੇ ਦਾ ਗ੍ਰੰਥੀ ਹੈ ਨਾ ਜੀ, ਮੈਂ ਸਮਝਦਾ ਕਿ ਉਹ ਗੁਰਦੁਆਰੇ ਦਾ ਕੇਵਲ ਗ੍ਰੰਥੀ ਨਹੀਂ ਹੁੰਦਾ ਬਲਕਿ ਸਿੱਖਾਂ ਦੀ ਇੱਕ ਇੰਸਟੀਟਿਊਸ਼ਨ ਹੈ, ਸੰਸਥਾ ਹੈ, ਗ੍ਰੰਥੀ ਇੱਕ ਸਿੱਖਾਂ ਦੀ ਸੰਸਥਾ ਹੈ। ਅਤੇ ਅੱਜ ਸਾਡੀਆਂ ਜਿਹੜੀਆਂ ਸੰਸਥਾਵਾਂ ਨੇ ਜਾਂ ਸੰਸਥਾਵਾਂ ਦਾ ਮਿਆਰ ਜਿਹੜਾ ਹੈਗਾ ਕਿਤੇ ਨਾ ਕਿਤੇ ਥੋੜ੍ਹਾ ਡਾਊਨ ਹੋ ਰਿਹਾ, ਤਾਂ ਸਾਡੀ ਜਿਹੜੀ ਗ੍ਰੰਥੀ ਦੀ ਸੰਸਥਾ ਹੈ, ਮੈਂ ਸੰਸਥਾ ਸਮਝਦਾ ਹਾਂ ਕਿ ਗ੍ਰੰਥੀ ਸਾਡੀ ਇੱਕ ਸੰਸਥਾ ਹੈ, ਅਤੇ ਜਦੋਂ ਇਹੋ ਜਿਹੀਆਂ ਘਟਨਾਵਾਂ ਘਟਦੀਆਂ ਨੇ, ਵਾਪਰਦੀਆਂ ਨੇ, ਤਾਂ ਕਿਤੇ ਨਾ ਕਿਤੇ ਸੰਸਥਾ ਨੂੰ ਢਾਹ ਜਿਹੜੀ ਹੈ ਉਹ ਲੱਗਣੀ ਸੁਭਾਵਿਕ ਹੁੰਦੀ ਹੈ, ਔਰ ਕੋਸ਼ਿਸ਼ ਕਰਨੀ ਚਾਹੀਦੀ ਹੈ, ਕਿਉਂਕਿ ਜਦੋਂ ਬੰਦਾ ਗ੍ਰੰਥੀ ਬਣ ਜਾਂਦਾ ਹੈ ਤਾਂ ਉਹ ਇੰਡੀਵਿਜੁਅਲ ਨਹੀਂ ਹੁੰਦਾ ਹੈ, ਉਹ ਨੁਮਾਇੰਦਾ ਹੋ ਜਾਂਦਾ ਹੈ ਕੌਮ ਦਾ, ਪੰਥ ਦਾ, ਅਤੇ ਉਸ ਨੂੰ ਇਹਨਾਂ ਚੀਜ਼ਾਂ ਦਾ ਬਿਲਕੁਲ ਖਿਆਲ ਰੱਖਣ ਦੀ ਜ਼ਰੂਰਤ ਹੁੰਦੀ ਹੈ। ਪਰ ਜਦੋਂ
ਜਿਹੜੇ ਐਲੀਜੀਬਲ ਨਹੀਂ ਹੁੰਦੇ, ਜਦੋਂ ਯੋਗ ਨਹੀਂ ਹੁੰਦੇ, ਜਦੋਂ ਉਹ ਫੀਲਡ ਦੇ ਵਿੱਚ ਆ ਜਾਂਦੇ ਨੇ ਤਾਂ ਕਿਤੇ ਨਾ ਕਿਤੇ ਇਸ ਤਰ੍ਹਾਂ ਦੀਆਂ ਘਟਨਾਵਾਂ ਵਾਪਰਦੀਆਂ ਨੇ। ਗ੍ਰੰਥੀਆਂ ਦਾ ਮਾਨ ਸਨਮਾਨ ਵੀ ਹੋਣਾ ਚਾਹੀਦਾ, ਗ੍ਰੰਥੀਆਂ ਦੀ ਯੋਗਤਾ ਵੀ ਜਿਹੜੀ ਹੈ ਇਹ ਮੁੱਖ ਜਿਹੜੀ ਹੈ ਏਜੰਡੇ 'ਤੇ ਹੋਣੀ ਚਾਹੀਦੀ ਹੈ। ਅਤੇ ਖਾਸ ਤੌਰ ਦੇ ਉੱਤੇ ਗ੍ਰੰਥੀ ਦੀ ਜਿਹੜੀ ਸ਼ਾਖ ਹੈ ਜਾਂ ਗ੍ਰੰਥੀ ਦੀ ਸੰਸਥਾ ਦੀ ਜਿਹੜੀ ਕ੍ਰੈਡੀਬਿਲਟੀ ਹੈ ਉਹਨੂੰ ਧੱਕਾ ਨਹੀਂ ਲੱਗਣਾ ਚਾਹੀਦਾ, ਔਰ ਐਸਾ ਗ੍ਰੰਥੀ ਸਿੰਘਾਂ ਨੂੰ ਯਤਨ ਕਰਨੇ ਚਾਹੀਦੇ। ਗ੍ਰੰਥੀ ਸਿੰਘ ਦੀ ਨਿਯੁਕਤੀ ਵੇਲੇ ਕੋਈ ਮਾਪਦੰਡ ਤੈਅ ਕੀਤੇ ਗਏ ਆ ਜਾਂ ਕਰਨੇ ਚਾਹੀਦੇ? ਵੱਡੀਆਂ ਸੰਸਥਾਵਾਂ ਜਿਹੜੀਆਂ ਨੇ ਉੱਥੇ ਤਾਂ ਮਾਪਦੰਡ ਹੈ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ, ਚੀਫ ਖਾਲਸਾ ਦੀਵਾਨ, ਲੇਕਿਨ ਪਿੰਡਾਂ ਦੇ ਵਿੱਚ ਕਿਤੇ ਨਾ ਕਿਤੇ ਅਸੀਂ ਇਸ ਪੱਖੋਂ ਥੋੜ੍ਹਾ ਜਿਹਾ ਅਵੇਸਲੇ ਹੁੰਦੇ ਹਾਂ, ਅਤੇ ਜਦਕਿ ਉੱਥੇ ਵੀ ਥੋੜ੍ਹੇ ਮਾਪਦੰਡ ਤੈਅ ਕਰਨੇ ਚਾਹੀਦੇ ਆ। ਮਾਣ ਸਨਮਾਨ ਵੀ ਦੇਣਾ ਚਾਹੀਦਾ, ਲੇਕਿਨ ਅਤੇ ਕੁਛ ਮਾਪਦੰਡ ਵੀ ਹੋਣੇ ਚਾਹੀਦੇ। ਇੱਕ ਆਖਰੀ ਸਵਾਲ ਸਿੰਘ ਸਾਹਿਬ, ਮੈਂ ਪਹਿਲਾਂ ਵੀ ਰਾਮ ਮੰਦਿਰ ਦਾ ਸਵਾਲ ਕੀਤਾ ਸੀ, ਇੱਕ ਬਹੁਤ ਸਾਰੀ ਚਰਚਾ ਸੀ ਕਿ ਸਾਰੇ ਸਿੰਘ ਸਾਹਿਬਾਨਾਂ ਨੂੰ ਸੱਦਾ ਪੱਤਰ ਦਿੱਤਾ ਗਿਆ ਸੀ, ਪਰ ਕੋਈ ਵੀ ਉੱਥੇ ਪਹੁੰਚਿਆ ਨਹੀਂ, ਇਹਦੇ 'ਚ ਕਿੰਨੀ ਕੁ ਸੱਚਾਈ? ਨਹੀਂ, ਮੈਨੂੰ ਇਹਦੇ ਬਾਰੇ ਕੋਈ ਪਤਾ ਨਹੀਂ, ਕੋਈ ਜਾਣਕਾਰੀ ਨਹੀਂ ਹੈ, ਕਿਉਂਕਿ ਉਹ ਉਹਨਾਂ ਦਾ ਮਤਲਬ ਕਿਉਂਕਿ ਅਸੀਂ ਆਪਣੇ ਧਰਮ ਦੇ ਵਿੱਚ ਪਰਪੱਕ ਹੈ ਔਰ ਦੂਜੇ ਧਰਮਾਂ ਦਾ ਅਸੀਂ ਸਤਿਕਾਰ ਕਰਦੇ ਹਾਂ। ਜੇ ਕਿਸੇ ਧਾਰਮਿਕ ਲੋਕਾਂ ਦਾ ਕੋਈ ਧਾਰਮਿਕ ਸਥਾਨ ਬਣਿਆ ਤਾਂ ਅਸੀਂ ਕੋਈ ਉਹਨੂੰ ਮਾੜਾ ਨਹੀਂ ਕਹਾਂਗੇ, ਪਰ ਅਸੀਂ ਕਹਾਂਗਾ ਕਿ ਹਰ ਇੱਕ ਧਰਮ ਦਾ ਹੀ ਸਤਿਕਾਰ ਹੋਣਾ ਚਾਹੀਦਾ ਹੈ। ਮੁਸਲਮਾਨਾਂ ਦੀਆਂ ਮਸਜਿਦਾਂ ਦਾ, ਹਿੰਦੂਆਂ ਦੇ ਮੰਦਰਾਂ ਦਾ, ਬੌਧੀਆਂ ਦੇ ਬੌਧ ਟੈਂਪਲਾਂ ਦਾ ਸਤਿਕਾਰ ਹੋਣਾ ਚਾਹੀਦਾ, ਔਰ ਹਰ ਧਰਮ ਦੇ ਜਿਹੜੇ ਸਥਾਨ ਹੈ ਉਸ ਉਹਨਾਂ ਦਾ ਪ੍ਰਬੰਧ ਜਿਹੜਾ ਉਸ ਧਰਮ ਦੇ ਲੋਕਾਂ ਵੱਲੋਂ ਹੀ ਚਲਾਇਆ ਜਾਣਾ ਚਾਹੀਦਾ। ਹਿੰਦੂ ਟੈਂਪਲ ਜਿਹੜੇ ਨੇ, ਮੰਦਰ ਜਿਹੜੇ ਨੇ, ਉਹਨਾਂ ਦਾ ਪ੍ਰਬੰਧ ਜਿਹੜਾ ਹਿੰਦੂਆਂ ਵੱਲੋਂ ਚਲਾਇਆ ਜਾਣਾ ਚਾਹੀਦਾ ਹੈ। ਮੁਸਲਮਾਨਾਂ ਦੀਆਂ ਮਸੀਤਾਂ ਦਾ ਪ੍ਰਬੰਧ ਮੁਸਲਮਾਨਾਂ ਵੱਲੋਂ ਹੋਣਾ ਚਾਹੀਦਾ, ਗੁਰਦੁਆਰਿਆਂ ਦਾ ਪ੍ਰਬੰਧ ਕੇਵਲ ਸਿੱਖਾਂ ਕੋਲ ਹੋਣਾ ਚਾਹੀਦਾ। ਪਰ ਕਿਤੇ ਨਾ ਕਿਤੇ ਸਰਕਾਰੀ ਦਖਲ ਅੰਦਾਜ਼ੀ ਜਿਹੜੀ ਹੈ ਇਸ ਚੀਜ਼ ਨੂੰ ਕਮਜ਼ੋਰ ਕਰਦੀ ਹੈ। ਸਵਾਲ ਕਰਨ ਜਾ ਰਿਹਾ, ਤੁਸੀਂ ਕੱਲ੍ਹ ਵੀ ਆਪਣੇ ਬਿਆਨ ਦੇ ਵਿੱਚ ਗਿਆ ਕਿ ਜਿਹੜਾ ਪੰਥ ਹੈ ਉਹ ਲਗਾਤਾਰ ਹਾਸ਼ੀਏ ਵਾਲੇ ਪਾਸੇ ਵੱਧਦਾ ਜਾ ਰਿਹਾ। ਸੰਸਥਾਵਾਂ ਦੇ ਵਿੱਚ ਸਰਕਾਰੀ ਦਖਲ ਅੰਦਾਜ਼ੀ ਵੀ ਜਿਹੜੀ ਹੈ ਕਿਤੇ ਨਾ ਕਿਤੇ ਸਾਡੀਆਂ ਸੰਸਥਾਵਾਂ ਨੂੰ ਕਮਜ਼ੋਰ ਕਰਦੀ ਹੈ ਜੀ।